ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ 12ਵੀਂ ਜਮਾਤ ਦੀ ਇੰਗਲਿਸ਼ ਦੀ ਵਰਕਬੁੱਕ ਜਿਸ ਦਾ ਟਾਈਟਲ ਹੈ ਮਾਈ ਇੰਗਲਿਸ਼ ਵਰਕਬੁੱਕ ਇਸ ਵਿੱਚੋਂ ਪੋਇਮ ਹੈਗੀ ਆਪਣੇ ਕੋਲ ਸੈਕੰਡ ਟਰਮ ਦੇ ਵਿੱਚ ਫਾਦਰ ਰਟਰਨਿੰਗ ਹੋਮ ਇਹ ਪੋਇਮ ਦਾ ਨਾਮ ਹੈ ਫਾਦਰ ਰਟਰਨਿੰਗ ਹੋਮ ਇਸ ਦੀ ਵਰਕਸ਼ੀਟ ਆਪਾਂ ਸੋਲਵ ਕਰ ਰਹੇ ਹਾਂ ਇਸ ਪੋਇਮ ਨਾਲ ਰਿਲੇਟਿਡ ਠੀਕ ਹੈ ਵੀਡੀਓ ਨੂੰ ਲਾਈਕ ਕਰ ਦੇਣਾ ਬੇਟਾ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਚੈਨਲ ਦੇ ਉੱਪਰ ਤੁਹਾਡੀ ਸੈਕੰਡ ਟਰਮ ਦੀ ਸਾਰੀ ਜੋ ਹੈ ਵਰਕਬੁੱਕ ਆਪਾਂ ਸੋਲਵ ਕਰਕੇ ਅਪਲੋਡ ਕਰ ਰਹੇ ਹਾਂ ਸੋ ਤੁਸੀਂ ਇੱਥੋਂ ਆਪਣੀ ਸੈਕੰਡ ਟਰਮ ਦੀ ਤਿਆਰੀ ਕਰ ਸਕਦੇ ਹੋ ਜਿਨ੍ਹਾਂ ਬੱਚਿਆਂ ਨੇ ਗ੍ਰਾਮਰ ਸਿੱਖਣੀ ਹੈ ਬੇਟਾ ਨਰੇਸ਼ਨ ਵੌਇਸ ਟੈਂਸਿਸ ਇਹ ਸਾਰੀਆਂ ਵੀਡੀਓਜ਼ ਜੋ ਹੈ ਚੈਨਲ ਤੇ ਪਈਆਂ ਨੇ ਪਲੇਲਿਸਟ ਬਣੀਆਂ ਹੋਈਆਂ ਨੇ ਉੱਥੋਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਇਹ ਵੀਡੀਓਜ਼ ਦੇਖ ਸਕਦੇ ਹੋ ਤੇ ਗ੍ਰਾਮਰ ਵਾਲਾ ਪਾਰਟ ਉੱਥੋਂ ਤੁਸੀਂ ਕਵਰ ਕਰ ਸਕਦੇ ਹੋ ਠੀਕ ਆਓ ਆਪਾਂ ਸ਼ੁਰੂ ਕਰਦੇ ਆਂ ਇਸ ਪੋਇਮ ਨੂੰ ਫਾਦਰ ਟਰਨਿੰਗ ਹੋਮ ਇਸ ਦਾ ਪੋਇਟ ਹੈ ਦਲੀਪ ਚਿੱਤਰੇ ਠੀਕ ਹੈ ਸੋ ਇਹ ਵੀ ਯਾਦ ਰੱਖਿਓ ਤੁਸੀਂ ਪੋਇਟ ਦਾ ਨਾਮ ਜ਼ਰੂਰੀ ਯਾਦ ਰੱਖਣਾ ਹੈ ਪੋਇਮ ਦਾ ਨਾਮ ਵੀ ਯਾਦ ਰੱਖਣਾ ਹੈ ਫਰਸਟ ਸੈਕਸ਼ਨ ਆਪਣੇ ਕੋਲ ਲਿਸਨਿੰਗ ਸੈਕਸ਼ਨ ਹੈ ਠੀਕ ਹੈ ਇਸ ਦੇ ਵਿੱਚੋਂ ਫਰਸਟ ਜੋ ਹੈ ਆਪਣੇ ਕੋਲ ਦੇਖੋ ਕੁਐਸਚਨਸ ਨੇ ਮਾਈ ਫਾਦਰ ਇੱਥੇ ਨਾ ਟਰੈਵਲਸ ਫਿਲ ਕਰਨਾ ਸੀ ਟਰੈਵਲਸ ਠੀਕ ਹੈ ਸੈਕੰਡ ਦੇ ਵਿੱਚ ਇੱਥੇ ਆਣਾ ਸਬਰਬਸ 3rd ਬਲੈਂਕ ਦੇ ਵਿੱਚ ਇਸੇ ਫਿਲ ਹੋਣਾ ਸੀ ਬਟਾ ਡਿਮਡ 4 ਦੇ ਵਿੱਚ ਹੋਣਾ ਸੀ ਪਲੇਟਫਾਰਮ ਥੈਨ 5th ਦੇ ਵਿੱਚ ਆਣਾ ਸੀਗਾ ਡਰਿੰਕਿੰਗ ਇਨ 6th ਕੰਟੈਂਪਲੇਟ 7th ਦੇ ਵਿੱਚ ਆਣਾ ਸੀ ਟ੍ਰੈਂਬਲਸ ਥੈਨ ਡ੍ਰੋਪलेट्स ਇੱਥੇ ਆਣਾ ਸੀਗਾ 9th ਦੇ ਵਿੱਚ ਡਰੀਮਿੰਗ ਐਂਡ 10th ਦੇ ਵਿੱਚ ਆਣਾ ਸੀ ਨੋਮੈਡਸ ਇਹ ਸੀ ਤੁਹਾਡੀ ਲਿਸਨਿੰਗ ਪ੍ਰੈਕਟਿਸ ਦੇ ਨਾਲ ਸੰਬੰਧਿਤ ਉਸ ਤੋਂ ਬਾਅਦ ਪੋਇਮ ਐ ਸਟੈਂਜਾ ਦਿੱਤਾ ਹੋਇਆ ਹੈ ਰੀਡ ਦਾ ਸਟੈਂਜਾ ਐਂਡ ਅਨਸਰ ਦਾ ਕੁਐਸਚਨਸ ਦੈਟ ਫਾਲੋ ਇਸ ਪੋਇਮ ਦੇ ਵਿੱਚੋਂ ਸਟੈਂਜਾ ਲਿਆ ਗਿਆ ਹੈ ਫਰਸਟ ਕੁਐਸਚਨ ਪੁੱਛਿਆ ਗਿਆ ਨੇਮ ਦਾ ਪੋਇਮੈਂਟ ਦਾ ਪੋਇਟ ਠੀਕ ਹੈ ਤੁਸੀਂ ਧਿਆਨ ਰੱਖਿਓ ਬੇਟਾ ਜਿਵੇਂ ਕ੍ਰੋਸਿਸ ਦਾ ਰੇਲਵੇ ਇਸ ਤਰ੍ਹਾਂ ਦਿਮਾਗ 'ਚ ਰੱਖਿਓ ਵਰਡਸ ਠੀਕ ਹੈ ਪਲੇਟਫਾਰਮ ਹੈ ਸੋ ਇਸ ਤਰ੍ਹਾਂ ਦੇ ਜੋ ਹੈਗੇ ਵਰਡਸ ਨੇ ਇਹ ਸਮਝ ਲਓ ਵੀ ਫਾਦਰ ਰਿਟਰਨਿੰਗ ਹੋਮ ਪੋਇਮ ਦੇ ਵਿੱਚ ਆਏ ਹੋਏ ਨੇ ठीक है ये ट्रेन संबंधित वर्ड्स होने गए इस पोइम सो यो स्टेंजा है कि पोइम चो लिया गया है फादर रिटर्निंग होम एक पोइम का नाम है ठीक है इस पोइम लिया गया है एंड हु पोइट ऑफ दिस पोइम दिलीप चित्र इस द जो है पोइट ने बेटा ठीक है नैक्सट क्वेश्चन है गिव द फीगर ऑफ स्पीच यूजड इन दीज लाइनस इस फीगर ऑफ स्पीच दसनी है अलंकार दसना है कि अलंकार वरत्या गया है ਸੋ ਇੱਕ ਧਿਆਨ ਰੱਖਣਾ ਤੁਸੀਂ ਜਿਸ ਅ ਸੈਂਟੈਂਸ ਦੇ ਵਿੱਚ ਲਾਈਕ ਵਰਡ ਆਵੇ ਨਾ ਲਾਈਕ ਜਾਂ ਐਜ਼ ਐਜ਼ ਜਾਂ ਲਾਈਕ ਇਸ ਤਰ੍ਹਾਂ ਦੇ ਸ਼ਬਦ ਆ ਜਾਣ ਸਮਝ ਲਓ ਉੱਥੇ ਜੋ ਹੈ ਸਿਮਲੀ ਜੋ ਹੈ ਫਿਗਰ ਆਫ ਸਪੀਚ ਦੀ ਵਰਤੋਂ ਕੀਤੀ ਗਈ ਹੋਊਗੀ ਠੀਕ ਹੈ ਸਿਮਲੀ ਸਪੈਲਿੰਗ ਧਿਆਨ ਰੱਖਿਓ S I M I L E ਹੈ ਸਿਮਲੀ ਠੀਕ ਹੈ ਸਮਾਈਲ ਨਹੀਂ ਹੈ ਇਹ ਸਿਮਲੀ ਹੈ ਕਿਉਂਕਿ ਸਮਾਈਲ ਇਸ ਪਹਿਲੇ ਵਿੱਚ S ਤੋਂ ਬਾਅਦ I ਨਹੀਂ ਹੁੰਦਾ ਠੀਕ ਹੈ ਉਹ ਹੁੰਦਾ ਸਿੱਧਾ ਐਸ ਐਮ ਆਈ ਐਲ ਸਮਾਈਲ ਪਰ ਇਹ ਕਿ ਐਸ ਆਈ ਇਹ ਤੇ ਸਿਮਿਲੀ ਹੈ ਠੀਕ ਹੈ ਇਹਨੂੰ ਜੋ ਹੈ ਆਪਾਂ ਪੰਜਾਬੀ ਵਿੱਚ ਉਪਮਾ ਕਹਿੰਦੇ ਆ ਉਪਮਾ ਠੀਕ ਹੈ ਉਪਮਾ ਅਲੰਕਾਰ ਹੈ ਹਿੰਦੀ ਵਿੱਚ ਉਪਮਾ ਅਲੰਕਾਰ ਹੀ ਕਿਹਾ ਜਾਂਦਾ ਹੈ ਇਸਨੂੰ ਸੋ ਇਹ ਧਿਆਨ ਰੱਖਿਓ ਜਿਸ ਵੀ ਸੈਂਟੈਂਸ ਦੇ ਵਿੱਚ ਲਾਈਕ ਜਾਂ ਐਜ਼ ਸ਼ਬਦ ਤੁਹਾਨੂੰ ਦਿਖਦਾ ਹੈ ਸਮਝ ਲਓ ਉੱਥੇ ਜੋ ਹੈ ਸਿਮਿਲੀ ਫਿਗਰ ਆਫ ਸਪੀਚ ਦੀ ਵਰਤੋਂ ਕੀਤੀ ਗਈ ਹੈ ਠੀਕ ਹੈ ਨੈਕਸਟ ਦੇਖੋ ਵਾਟ ਡਸ ਦੀ ਪੋਏਟਸ ਫਾਦਰ ਡੂ ਆਫਟਰ ਕ로ਸਿੰਗ ਦਾ ਰੇਲਵੇ ਲਾਈਨ ਰੇਲਵੇ ਲਾਈਨ ਕ로ਸ ਕਰਨ ਤੋਂ ਬਾਅਦ ਕਵੀ ਦੇ ਜੋ ਪਿਤਾ ਜੀ ਹਨ ਉਹ ਕੀ ਕਰਦੇ ਹਨ ਹੀ ਐਂਟਰਸ ਦਾ ਲੇਨ ਲੇਨ ਦੇ ਵਿੱਚ ਗਲੀ ਦੇ ਵਿੱਚ ਉਹ ਐਂਟਰ ਕਰਦੇ ਹਨ ਠੀਕ ਹੈ ਆ ਲਿਖਿਆ ਹੋਇਆ ਇੱਥੇ ਦੇਖੋ ਕ੍ਰੋਸਸਿਸ ਦਾ ਰੇਲਵੇ ਲਾਈਨ ਐਂਟਰਸ ਦਾ ਲੇਨ ਠੀਕ ਹੈ ਲੇਨ ਦੇ ਵਿੱਚ ਐਂਟਰ ਕਰ ਜਾਂਦੇ ਨੇ ਉਸ ਤੋਂ ਬਾਅਦ ਦੈਨ ਵਿਚ ਲਾਈਨਸ ਇਨ ਦਾ ਪੋਇਮ ਡਿਸਕਰਾਇਬ ਫਾਦਰਜ਼ ਇਰੈਲੇਵੈਂਸ ਟੂ ਦਾ ਟ੍ਰੇਨ ਇਸ ਇਨਾਂ ਜੋ ਹੈ ਕਰਤਾ ਦੇ ਵਿੱਚ ਕਿਹੜੀਆਂ ਜੋ ਲਾਈਨਸ ਨੇ 17 ਨੇ ਜੋ ਇਹ ਦੱਸਦੀਆਂ ਨੇ ਕਿ ਜੋ ਪਿਤਾ ਜੀ ਹੈ ਉਸ ਦਾ ਟ੍ਰੇਨ ਦੇ ਨਾਲ ਕੋਈ ਸਬੰਧ ਨਹੀਂ ਇਰ ਇਰੈਲੇਵੈਂਸ ਬਿਲਕੁਲ ਇਰੈਲੇਵੈਂਟ ਠੀਕ ਹੈ ਇਹ ਸੈਂਟੈਂਸਸ ਦੱਸ ਦਿੰਦੇ ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ ਲਾਈਕ ਅ ਵਰਡ ਡ੍ਰੌਪਡ ਫਰੋਮ ਅ ਲੌਂਗ ਸੈਂਟੈਂਸ ਠੀਕ ਹੈ ਕਹਿੰਦਾ ਮੈਂ ਮੇਰੇ ਪਿਤਾ ਜੀ ਨੂੰ ਟ੍ਰੇਨ ਤੋਂ ਉਤਰਦੇ ਹੋਏ ਦੇਖ ਸਕਦਾ ਹਾਂ ਜਿਸ ਤਰ੍ਹਾਂ ਉਤਰਦੇ ਨੇ ਟ੍ਰੇਨ ਤੇ ਉਹ ਜਿਵੇਂ ਕਿ ਕਿਸੇ ਲੰਬੇ ਵਾਕ ਦੇ ਵਿੱਚੋਂ ਕੋਈ ਸ਼ਬਦ ਨੂੰ ਡ੍ਰੌਪ ਕਰ ਦਿੱਤਾ ਗਿਆ ਵੇ ਸ਼ਬਦ ਨੂੰ ਡੇਗ ਦਿੱਤਾ ਗਿਆ ਹੋ ਠੀਕ ਹੈ ਇਹ ਸ਼ਬਦ ਜੋ ਹੈ ਇਰੈਲੇਵੈਂਸ ਜੋ ਹੈ ਯਾਨੀ ਕਹੇ ਦੱਸਦੇ ਨੇ ਕਿ ਟ੍ਰੇਨ ਨਾਲ ਹੁੰਦਾ ਕੋਈ ਸਬੰਧ ਨਹੀਂ ਸੀ ਵਟ ਆਰ ਹਿਸ ਚਪਲਸ ਸਟਿੱਕੀ ਵਿਦ ਉਸ ਦੀਆਂ ਚਪਲਸ ਜਿਹੜੀਆਂ ਸੀ ਉਹ ਕਿਸ ਨਾਲ ਜੋ ਚਿਪਚਿਪੀ ਹੋ ਗਈਆਂ ਸਨ ਉਹ ਜੋ ਹੈ ਚਿੱਕੜ ਨਾਲ ਹੋ ਗਈਆਂ ਸਨ ਠੀਕ ਹੈ ਇਹ ਜੀ ਚਪਲਸ ਆਰ ਸਟਿੱਕੀ ਵਿਦ ਮਡ ਇਹ ਚ ਦਿੱਤਾ ਹੋਇਆ ਦੇਖੋ ਠੀਕ ਹੈ ਇਹ ਜੀ ਚਪਲਸ ਆਰ ਸਟਿੱਕੀ ਵਿਦ ਮਡ ਕਲੀਅਰ ਇੱਥੇ ਆਨਸਰ ਬਿਲਕੁਲ ਆ ਪਿਆ ਠੀਕ ਹੈ ਉਸ ਤੋਂ ਬਾਅਦ ਅੱਗੇ ਦੇਖੋ ਨੈਕਸਟ ਆਪਣੇ ਕੋਲ ਜੋ ਹੈ ਇਹ ਸਟੈਂਜਰ ਆਪਣਾ ਸੈਂਟਰਲ ਆਈਡੀਆ ਦਿੱਤਾ ਹੋਇਆ ਕੰਪਲੀਟ ਕਰਨਾ ਸੀ ਇਸ ਨੂੰ ਠੀਕ ਹੈ ਇਹਦੇ ਵਿੱਚ ਫਿਲ ਆਪਣੇ ਬਲੈਂਕ ਜੋ ਫਿਲ ਕਰਨੇ ਸੀਗੇ ਦ ਸੈਂਟਰਲ ਆਈਡੀਆ ਆਫ ਦਾ ਦਿਸ ਪੋਮ ਇਜ਼ ਥੈਟ ਇਨ ਦਿਸ ਵਰਲਡ ਮੈਨ ਇਜ਼ ਅਲਾਈਨੇਟਿਡ ਫਰੋਮ ਮੈਨ ਕਿਸ ਕਹਾਤਾ ਦਾ ਕੇਂਦਰੀ ਭਾਵ ਇਹ ਹੈ ਕਿ ਇਸ ਦੁਨੀਆ ਦੇ ਵਿੱਚ ਜੋ ਮਨੁੱਖ ਹੈ ਉਹ ਮਨੁੱਖ ਤੋਂ ਦੂਰ ਹੋ ਗਿਆ ਹੈ ਮੈਨ ਇਜ਼ ਅਲਾਈਨੇਟਿਡ ਅਲਾਈਨੇਟਿਡ ਦਾ ਮਤਲਬ ਦੂਰ ਹੋਣਾ ਆਈਸੋਲੇਟਿਡ ਬਿਲਕੁਲ ਵੱਖ ਹੋਣਾ ਠੀਕ ਹੈ ਇਨ ਦਿਸ ਵਰਲਡ ਆਫ ਹਰੀ ਐਂਡ ਵਰੀ ਇਸ ਜੋ ਹੈ ਜਲਦਬਾਜੀ ਅਤੇ ਚਿੰਤਾ ਵਾਲੇ ਯੁੱਗ ਦੇ ਵਿੱਚ ਨੋਬਡੀ ਹੈਜ਼ ਟਾਈਮ ਟੂ ਟੇਕ ਇੰਟਰਸਟ ਇਨ ਆਦਰਸ ਠੀਕ ਹੈ ਕਿਸੇ ਕੋਲ ਵੀ ਦੂਜਾਂ ਦੇ ਵਿੱਚ ਰੁਚੀ ਲੈਣ ਲਈ ਕੋਈ ਸਮਾਂ ਨਹੀਂ ਹੈ اسپੈਸ਼ਲੀ ਦ ਸੀਨੀਅਰ ਸਿਟੀਜ਼ਨਸ ਇਨ ਦਾ ਸੋਸਾਇਟੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਜੋ ਆਪਣੇ ਸੀਨੀਅਰ ਸਿਟੀਜ਼ਨਸ ਨੇ ਸਮਾਜ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਵਿੱਚ ਰੁਚੀ ਕੋਈ ਨਹੀਂ ਲੈਂਦਾ ਉਹਨਾਂ ਕੋਲ ਟਾਈਮ ਨਹੀਂ ਹੈਗਾ ਲੋਕਾਂ ਕੋਲ ਠੀਕ ਹੈ ਦ ਪੋਇਮ ਗਿਵਸ ਅ ਪਿਕਚਰ ਆਫ ਅ ਸੈਡ 올ਡ ਮੈਨ ਇਸ ਇੱਕ ਕਵਤਾ ਜੋ ਹੈ ਸਾਨੂੰ ਇੱਕ ਉਦਾਸ ਬਜ਼ੁਰਗ ਵਿਅਕਤੀ ਦੀ ਤਸਵੀਰ ਦਿੰਦੀ ਹੈ ਹੂ ਗੋਸ ਟੂ ਵਰਕ ਬਾਈ ਲੋਕਲ ਟ੍ਰੇਨ ਏਵਰੀ ਡੇ ਜੋ ਹਰ ਦਿਨ ਜੋ ਹੈ ਇੱਕ ਲੋਕਲ ਟ੍ਰੇਨ ਦੇ ਵਿੱਚ ਬੈਠ ਕੇ ਕੰਮ ਤੇ ਜਾਂਦਾ ਹੈ ਇਨ ਦਾ ਸਿਟੀ ਆਫ ਮੁੰਬਈ ਮੁੰਬਈ ਸ਼ਹਿਰ ਦੇ ਵਿੱਚ ਜਾਂਦਾ ਹੈ ਠੀਕ ਹੈ ਹਰ ਰੋਜ਼ ਜਾਂਦਾ ਹੈ ਉਹ ਹੀ ਡਸਨਟ ਫੀਲ ਕੰਫਰਟੇਬਲ ਐਟ ਹੋਮ ਹੀ ਡਜ਼ਨਟ ਫੀਲ ਕੰਫਰਟੇਬਲ ਐਟ ਹੋਮ ਉਹ ਘਰ ਦੇ ਵਿੱਚ ਜੋ ਹੈ ਕੰਫਰਟੇਬਲ ਫੀਲ ਨਹੀਂ ਕਰਦਾ ਠੀਕ ਹੈ ਹੀ ਫੀਲਸ ਰਿਲੀਫ ਇਨ ਦਾ ਵਰਲਡ ਆਫ ਪਾਸਟ ਮੈਮਰੀਜ਼ অর ਡ੍ਰੀਮਸ ਉਸ ਨੂੰ ਉਹ ਜੋ ਹੈ ਰਿਲੀਫ ਮਹਿਸੂਸ ਕਰਦਾ ਹੈ ਰਾਹਤ ਮਹਿਸੂਸ ਕਰਦਾ ਹੈ ਜੋ ਉਸ ਦੀਆਂ ਅਤੀਤ ਦੀਆਂ ਯਾਦਾਂ ਨੇ ਸੁਪਨੇ ਨੇ ਪੁਰਾਣੇ ਠੀਕ ਹੈ ਉਹਨਾਂ ਦੇ ਵਿੱਚ ਉਹਨਾਂ ਬਾਰੇ ਜਾਣ ਕੇ ਉਹਨਾਂ ਬਾਰੇ ਸੋਚ ਕੇ ਯਾਦ ਕਰਕੇ ਉਸ ਨੂੰ ਜੋ ਹੈ ਰਾਹਤ ਮਿਲਦੀ ਹੈ ਉਹ ਰਾਹਤ ਮਹਿਸੂਸ ਕਰਦਾ ਹੈ ਠੀਕ ਹੈ ਸੋ ਏਸੀ ਤੁਹਾਡੀ ਪੋਇਮ ਬੇਟਾ ਉਸ ਤੋਂ ਬਾਅਦ ਇਹ ਸਪੀਕਿੰਗ ਦੀ ਪ੍ਰੈਕਟਿਸ ਤੁਸੀਂ ਆਪ ਕਰਨੀ ਹੈ ਰੇਲਵੇ ਸਟੇਸ਼ਨ ਬਾਰੇ ਕੁਝ ਸੈਂਟੈਂਸਿਸ ਅਨਾਉਂਸਮੈਂਟਸ ਬਾਰੇ ਤੁਸੀਂ ਇਹਨਾਂ ਦੀ ਹੈਲਪ ਨਾਲ ਬੋਲਨੇ ਨੇ ਤੁਸੀਂ ਆਪ ਪ੍ਰੈਕਟਿਸ ਕਰਨੀ ਹੈ ਠੀਕ ਹੈ ਸੋ ਇਹ ਵਰਕਸ਼ੀਟ ਇੱਥੇ ਕੰਪਲੀਟ ਹੁੰਦੀ ਹੈ ਤੁਹਾਡੀ ਫਾਦਰ ਰਿਟਰਨਿੰਗ ਹੋਮ ਪੋਇਮ ਸੀ ਬੇਟਾ ਹੈ ਸੋ ਉਮੀਦ ਕਰਦਾ ਸਾਰੇ ਬੱਚਾ ਨੇ ਸੋਲਵ ਕਰ ਲਈ ਹੋਏਗੀ ਸੋ ਇਸ ਨੂੰ ਲਰਨ ਕਰ ਲੈਣਾ ਸੈਂਟਰਲ ਆਈਡੀਆ ਜ਼ਰੂਰ ਲਰਨ ਕਰ ਲੈਣਾ ਪੋਇਮ ਦਾ ਤੇ ਪੋਇਮ ਦਾ ਨੇਮ ਠੀਕ ਹੈ ਫਾਦਰ ਰਟਰਨਿੰਗ ਹੋਮ ਇਹ ਯਾਦ ਰੱਖਿਓ ਤੇ ਪੋਇਟ ਦਾ ਨਾਮ ਜਰੂਰ ਯਾਦ ਰੱਖਿਓ ਦਲੀਪ ਚਿੱਤਰੇ ਠੀਕ ਹੈ ਕਿਉਂਕਿ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਹਮੇਸ਼ਾ ਪੋਇਮ ਦਾ ਨਾਮ ਅਤੇ ਪੋਇਟ ਦਾ ਨਾਮ ਇਸ ਬਾਰੇ ਜਰੂਰ ਕੁਐਸਚਨ ਪੇਪਰ ਚ ਆਉਂਦਾ ਹੈ ਠੀਕ ਹੈ ਬੇਟਾ ਸੋ ਸਾਰੀ ਵਰਕਬੁੱਕ ਆਪਾਂ ਸੋਲਵ ਕਰ ਰਹੇ ਹਾਂ ਹੌਲੀ ਹੌਲੀ ਕਰਕੇ ਤੁਸੀਂ ਆਪ ਦਾ ਸੋਲਵ ਕਰ ਲਓ ਤੇ ਲਰਨ ਕਰਨਾ ਸ਼ੁਰੂ ਕਰ ਦਿਓ ਸੈਕੰਡ ਟਰਮ ਦੀ ਤਿਆਰੀ ਕਰ ਲਓ ਆਪਦੀ ਠੀਕ ਹੈ ਬੇਟਾ ਥੈਂਕ ਯੂ ਵੈਰੀ ਮਚ ਬਾਏ ਬਾਏ